खन्ना के जिला लुधियाना चंडीगढ़ रोड पर स्थित एनएस एंटरप्राइजेज में सोमवार सुबह आग लगने से अफरा तफरी मच गई। जब आग लगी फैक्ट्री के बाहर चुनावों के चलते सीआरपीएफ का नाका लगा हुआ था, जिन्हें आग की सूचना मिलते ही वहां अंदर की ओर भागे। आग पर काबू पाने की कोशिश की गई, लेकिन आग बढ़ती देख उन्होंने दमकल विभाग को सूचित कर दिया। सूचना मिलते ही मौके पर पहुंची दमकल विभाग की टीमों ने आग पर काबू पाने के लिए प्रयास शुरू कर दिए। दमकल विभाग के अधिकारियों की माने तो 90% तक आग पर काबू पाया जा चुका है। उन्होंने बताया कि शुरुआती जांच में घटना का कारण शॉर्ट सर्किट माना जा रहा है। वहीं फैक्ट्री के मालिक साजन ने बताया कि हादसे के वक्त 3-4 कर्मचारी मौजूद थे। हालांकि किसी तरीके का जानी या माली नुकसान तो नहीं हुआ, जबकि माली नुकसान का अभी वह अंदाजा नहीं लगा सकते। लुधियाना से संजय सैनी की रिपोर्ट। ਸਰ ਕਿਹੜੀ ਫੈਕਟਰੀ ਹੈ, ਕਿੱਥੇ ਲੱਗੀ ਅੱਗ? ਇਹ ਐਨਐਸ ਇੰਟਰਪ੍ਰਾਈਜ਼ਸ ਹੈ, ਜੀਟੀ ਰੋਡ ਦੇ 46 ਸਟਾਲ ਦੇ ਨਾਲ ਹੈ ਤੇ ਸਵੇਰੇ 9:30 ਅੱਗ ਲੱਗੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਾਡੀਆਂ ਸਾਰੀਆਂ ਸਿਕਿਉਰਿਟੀ ਫੋਰਸਾਂ ਪੰਜਾਬ ਪੁਲਿਸ ਦੀ ਤੁਰੰਤ ਮੌਕੇ 'ਤੇ ਪਹੁੰਚ ਗਈ ਸੀ। ਇਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ, ਫਾਇਰ ਬ੍ਰਿਗੇਡ ਪਹੁੰਚ ਗਿਆ ਅਤੇ ਫਾਇਰ ਬ੍ਰਿਗੇਡ ਨੇ ਜਿਹੜੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਹੈ। ਅੱਗ ਜਿਹੜੀ ਹੁਣ ਤਕਰੀਬਨ 90% ਅੱਗ ਬੁਝਾ ਲਈ ਗਈ ਹੈ, ਸਾਰੀ ਅੱਗ ਕੰਟਰੋਲ 'ਚ ਹੈ ਅਤੇ ਬਸ ਥੋੜ੍ਹੀ ਦੇਰ ਦੇ ਵਿੱਚ ਅੱਗ ਜਿਹੜੀ ਕੰਪਲੀਟ ਪੂਰੀ ਤਰ੍ਹਾਂ ਬੁਝਾ ਦਿੱਤੀ ਹੈ। ਕਿੰਨੀਆਂ ਗੱਡੀਆਂ ਲੱਗੀਆਂ? ਇਹ ਤਾਂ 3 ਗੱਡੀਆਂ ਭੇਜੀਆਂ ਹੋਈਆਂ ਨਾ ਜੀ, ਹੋਰ ਗੱਡੀਆਂ ਵੀ ਬਣਾ ਰਹੇ, ਜੇ ਲੋੜ ਹੋਈ ਤਾਂ ਹੋਰ ਗੱਡੀਆਂ ਬੁਲਾ। ਇਹ ਅੱਗ ਕਿੱਦਾਂ ਲੱਗੀ, ਕੁਛ ਪਤਾ ਲੱਗਿਆ ਇਹਦੇ ਕਾਰਨ? ਨਹੀਂ, ਇਹਦਾ ਅੱਗ ਲੱਗਣ ਦਾ ਕਾਰਨ ਦਾ ਅੱਗ ਤੋਂ ਬਾਅਦ ਪਤਾ ਲਾਇਆ ਜਾਊਗਾ ਅਤੇ ਨੁਕਸਾਨ ਦਾ ਅਤੇ ਅੱਗ ਲੱਗਣ ਦੇ ਕਾਰਨ ਦਾ ਬਾਅਦ 'ਚ ਪਤਾ ਲੱਗੇ। ਉੱਪਰ ਜਿਹੜਾ ਸ਼ੈੱਡ ਵੀ ਡਿੱਗਿਆ, ਸ਼ੈੱਡ ਵੀ ਡਿੱਗਿਆ? ਹਾਂਜੀ, ਉਹਦਾ ਟੈਂਪਰੇਰੀ ਸ਼ੈੱਡ ਸੀਗਾ ਜਿਹੜਾ ਟੀਨਾਂ ਦਾ ਸ਼ੈੱਡ ਸੀਗਾ, ਜੇ ਉਹ ਗਿਰ ਗਿਆ ਸੀ ਕਰਕੇ ਅੱਗ ਬੁਝਾਉਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਕੋਈ ਮੁਸ਼ਕਿਲ ਨਹੀਂ, ਕੋਈ ਬਲਾਸਟ ਤਾਂ ਨਹੀਂ ਕੁਛ? ਨਹੀਂ ਨਹੀਂ, ਕਿਸੇ ਕਿਸਮ ਦਾ ਕੋਈ ਬਜਾਜ ਸੀ, ਕੋਈ ਜਾਨੀ ਨੁਕਸਾਨ? ਜਾਨੀ ਕੋਈ ਜਾਨੀ ਨੁਕਸਾਨ ਨਹੀਂ, ਜਾਨੀ ਨੁਕਸਾਨ ਨਹੀਂ ਹੋਈ। ਵਰਕਰ ਇਸ ਟਾਈਮ ਕੰਮ ਕਰ ਰਹੇ ਸੀ? ਹਾਂਜੀ, ਵਰਕਰ ਕੰਮ ਚੱਲ ਰਿਹਾ ਸੀ, ਫੈਕਟਰੀ ਬੰਦ ਜਦੋਂ ਹੋਇਆ ਹੈ। ਦੇਖੋ, ਉਹਦੇ ਮਾਲਕਾਂ ਨਾਲ ਗੱਲ ਕੀਤੀ, ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਉਹ ਕਹਿੰਦੇ ਫੈਕਟਰੀ ਚੱਲ ਰਹੀ ਸੀ, ਵਰਕਰ ਕੰਮ ਕਰ ਰਿਹਾ ਨਹੀਂ ਆਉਂਦਾ। ਆ ਰਿਹਾ ਨਾ, ਠੀਕ ਹੈ। ਮੇਰਾ ਨਾਮ ਕਾਂਸਟੇਬਲ ਵੀਰ ਸਿੰਘ। ਅੱਛਾ, ਜਬ ਇਹ ਆਗ ਹੁਆ ਨਾਕਾ ਲਗਵਾ ਤਾ? ਹਾਂਜੀ, ਹਮਾਰੀ ਡਿਊਟੀ ਹੈ ਨਾਕਾ ਦੇ ਦੀ। अच्छा, तो फिर आपने क्या किया, मतलब क्या कार्रवाई किया? जैसे हमें एक औरत ने बताया कि हम आग लगी है, वो हम अंदर देख रहे हैं, पानी के बाल्टी से आग बुझाने की कोशिश की। जब हमारे पहुँच से बाहर हो गए तो हमने अपने अधिकारी को बताया और फिर फायर ब्रिगेड को फोन किया। तो कोई हादसा तो नहीं होता? ब्लास्ट वगैरह तो कुछ नहीं हुआ? ब्लास्ट वगैरह कुछ नहीं हुआ, हम तो अपने ड्यूटी पे खड़े थे और चलाते हुए बाहर आई। उसने हमें बताया कि अंदर फैक्ट्री में आग लगी है, हमारे साथ तो हम जितने चार दीवार लगा रहे हैं अंदर आगे ਸਭ ਤੋਂ ਪਹਿਲਾਂ ਜਿਹੜੀ ਮੈਂ ਬਿਆਨ ਕੀਤਾ, ਮੈਂ ਕੈਜੁਅਲਿਟੀ ਕੋਈ ਨਾ ਹੋਵੇ, ਠੀਕ ਹੈ। ਜੋ ਨੁਕਸਾਨ ਹੁੰਦਾ ਜਾਨੀ ਮਾਲੀ, ਉਹ ਮਾਲੀ ਜੋ ਨੁਕਸਾਨ ਹੁੰਦਾ ਆਈ ਵਿਲ ਬੀਅਰ, ਬਟ ਜਿਹੜਾ ਕੀ ਨਾਮ ਜਾਨੀ ਨੁਕਸਾਨ ਕੁਛ ਨਾ ਹੋਏ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਏਗਾ। ਇਹ ਸਰ ਕਮ ਸੇ ਕਮ 9:30 ਦੀ ਗੱਲ ਹੈ, ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ, ਥੋੜਾ ਜਿਹਾ ਫਾਇਰ ਸੇਫਟੀ ਦਾ ਇੰਤਜ਼ਾਮ ਹੈਗਾ ਸੀ, ਬਟ ਐਟ ਦ ਪੁਆਇੰਟ ਆਫ ਟਾਈਮ ਜਦੋਂ ਹੋਇਆ ਨਾ, ਉਦੋਂ ਨਹੀਂ ਕਾਬੂ 'ਚ ਨਹੀਂ ਆਇਆ ਕੋਈ ਦਿਮਾਗ ਦਾ, ਜਦੋਂ ਕਹਿੰਦੇ ਆ ਨਾ ਕਿ ਉਦੋਂ ਚੱਲਣਾ ਬੰਦ ਹੋ ਜਾਂਦਾ, ਉਹ ਪ੍ਰੋਬਲਮ ਹੋ ਗਈ ਥੋੜ੍ਹੀ। ਚਲੋ, ਜਿੱਦਾਂ ਕਿਸਮਤ 'ਚ ਲਿਖਿਆ ਹੋਵੇ, ਬਾਕੀ ਫਾਇਰ ਤਾਂ ਹੁਣ ਆਪਾਂ ਸਾਰੇ ਕਰਤਾ ਉਹਨੂੰ ਪੁਜਾਤਾ, ਅਤੇ ਆਪਣਾ ਪਹਿਲੀ ਇਹੀ ਹੈਗੀ ਸੀ ਕਿ ਆਪਾਂ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਕਰਨਾ, ਕਿਸੇ ਬੰਦੇ ਦਾ ਵੀ, ਕਿਸੇ ਵੀ ਹਿਊਮਨ ਬੀਂਗ ਦਾ ਨਹੀਂ ਨੁਕਸਾਨ ਹੋਣਾ ਚਾਹੀਦਾ। ਲਗਭਗ ਤੁਹਾਡੇ ਗੈਸ ਦੇ ਨਾਲ ਅੰਦਰ ਫਿਰ ਵੀ ਕਿੰਨੇ ਦਾ ਕੱਪੜਾ ਪਿਆ ਸੀਗਾ? ਸਰ, ਮੈਂ ਇਹ ਦੱਸਣ ਦੇ ਹਾਲੇ ਤੁਹਾਨੂੰ ਟਾਈਮ 'ਚ ਨਹੀਂ ਹੈਗਾ। ਪੱਕੇ ਦਾ ਮੈਮ? ਸਰ ਪਤਾ, ਮੈਨੂੰ ਖੁਦ ਨਹੀਂ ਪਤਾ, ਕਿਉਂਕਿ ਮੈਂ ਇਹਨੂੰ ਪਹਿਲਾਂ ਟ੍ਰਾਇਲ ਕਰਾਂਗਾ।